ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਬਸ ਡਿਪਰੈਸ਼ਨ ਦੀ ਪ੍ਰੋਬਲਮ ਰਹਿੰਦੀ ਸੀ, ਘਰ ਦੇ ਸਾਥ ਨਹੀਂ ਦਿੰਦੇ ਸੀ, ਮੈਨੂੰ ਕੁਛ ਸਾਹ ਦੀ ਪ੍ਰੋਬਲਮ ਵੀ ਸੀਗੀ। ਕੁਝ ਕੁ ਦਿਨ ਥੋੜ੍ਹੇ ਦਿਨ ਪਹਿਲਾਂ ਮੈਨੂੰ ਸਾਹ ਦੀ ਪ੍ਰੋਬਲਮ ਆ ਗਈ ਸੀ, ਤਾਂ ਮੈਨੂੰ ਇਹ ਹੋਸਪਿਟਲ ਲੈ ਗਏ ਸੀ। ਪਹਿਲਾਂ ਇਹ ਹੋਸਪਿਟਲ ਲੈ ਗਏ, ਫਿਰ ਇਹ ਮੈਨੂੰ ਘਰ ਛੱਡ ਕੇ ਆਏ। ਘਰਦਿਆਂ ਨੇ ਮੈਨੂੰ ਐਂ ਕਹਿਤਾ ਵੀ ਤੂੰ ਜਾ ਜਿੱਥੋਂ ਆਈ ਹੈਗੀ। ਫਿਰ ਇਹ ਮੈਨੂੰ ਦੂਜੇ ਰਿਲੇਟਿਵ ਕਿੰਨੀ ਛੱਡਿਆ ਸੀ, ਮੇਰਾ ਬ੍ਰਦਰ, ਮੇਰੀ ਨਾਨੀ ਕੋਲ, ਉਹਨਾਂ ਨੇ ਵੀ ਕਹਿਤਾ ਵੀ ਤੂੰ ਜਾ ਜਿੱਥੋਂ ਆਈ ਹੈਗੀ। ਫਿਰ ਇਹ ਆਪਣੇ ਘਰ ਲੈ ਗਏ ਸੀ ਮੈਨੂੰ। ਬਸ ਡਿਪਰੈਸ਼ਨ ਦੀ ਪ੍ਰੋਬਲਮ ਰਹਿੰਦੀ ਸੀ, ਘਰ ਦੇ ਸਾਥ ਨਹੀਂ ਦਿੰਦੇ ਸੀ, ਅਤੇ ਮੈਨੂੰ ਕੁਛ ਸਾਹ ਦੀ ਪ੍ਰੋਬਲਮ ਵੀ ਸੀਗੀ। ਕੁਝ ਕੁ ਦਿਨ ਥੋੜ੍ਹੇ ਦਿਨ ਪਹਿਲਾਂ ਮੈਨੂੰ ਸਾਹ ਦੀ ਪ੍ਰੋਬਲਮ ਆ ਗਈ ਸੀਗੀ, ਤਾਂ ਮੈਨੂੰ ਇਹ ਹੋਸਪਿਟਲ ਲੈ ਗਏ ਸੀਗੇ। ਪਹਿਲਾਂ ਇਹ ਹੋਸਪਿਟਲ ਲੈ ਗਏ, ਫਿਰ ਇਹ ਮੈਨੂੰ ਘਰ ਛੱਡ ਕੇ ਆਏ। ਘਰਦਿਆਂ ਨੇ ਮੈਨੂੰ ਐਂ ਕਹਿਤਾ ਵੀ ਤੂੰ ਜਾ ਜਿੱਥੋਂ ਆਈ ਹੈਗੀ। ਫਿਰ ਇਹ ਮੈਨੂੰ ਦੂਜੇ ਰਿਲੇਟਿਵ ਕਿੰਨੀ ਛੱਡਿਆ ਸੀ, ਮੇਰਾ ਬ੍ਰਦਰ, ਮੇਰੀ ਨਾਨੀ ਕੋਲ, ਉਹਨਾਂ ਨੇ ਵੀ ਕਹਿਤਾ ਵੀ ਤੂੰ ਜਾ ਜਿੱਥੋਂ ਆਈ ਹੈਗੀ। ਫਿਰ ਇਹ ਆਪਣੇ ਘਰ ਲੈ ਗਏ ਸੀ ਮੈਨੂੰ। ਇਹਨਾਂ ਦੇ ਘਰ ਦੇ ਕਹਿੰਦੇ ਵੀ ਅਸੀਂ ਵਿਆਹ ਤੋਂ ਬਿਨਾਂ ਕਿਵੇਂ ਰੱਖ ਲਵਾਂਗੇ, ਵੀ ਪਹਿਲਾਂ ਮੈਰਿਜ ਕਰਵਾ ਦਿੰਦੇ ਹਾਂਗੇ ਫਿਰ ਰੱਖ ਲਵਾਂਗੇ। ਫਿਰ ਇਹ ਮੈਨੂੰ ਥਾਣੇ 'ਚ ਲੈ ਗਏ ਸੀਗੇ, ਅਤੇ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਸੁਬਾਹ ਆ ਜਾਇਓ, ਸੁਬਾਹ ਤੁਹਾਡਾ ਵਿਆਹ ਕਰਕੇ ਤੋਰ ਦਾਂਗੇ। ਸਾਨੂੰ ਉਮੀਦ ਵੀ ਨਹੀਂ ਸੀਗਾ ਵੀ ਸਾਨੂੰ ਸਾਡਾ ਥਾਣੇ 'ਚ ਵਿਆਹ ਹੋਊਗਾ। ਬਹੁਤ ਖੁਸ਼ ਹਾਂ ਮੈਂ, ਬਹੁਤ ਸਾਥ ਦਿੱਤਾ ਇਹਨਾਂ ਨੇ ਮੇਰਾ। ਬਸ ਮੇਰੇ ਫਾਦਰ ਨਹੀਂ ਹੈਗੇ ਸੀਗੇ, ਮੈਂ ਖੁਦ ਜੋਬ ਕਰਦੀ ਸੀਗੀ, ਖੁਦ ਕਮਾਉਂਦੀ ਸੀਗੀ, ਆਪਦਾ ਖਰਚਾ ਵੀ ਚੱਕਦੀ ਸੀ, ਘਰੇ ਵੀ ਦਿੰਦੀ ਸੀਗੀ। ਬਸ ਪਰਵਾਹ ਹੀ ਨਹੀਂ ਹੈਗੀ ਸੀ ਉਹਨਾਂ ਨੂੰ, ਪਤਾ ਨਹੀਂ ਕੁੜੀ ਹੋਣ ਕਰਕੇ ਪਰਵਾਹ ਨਹੀਂ ਕਰਦੇ ਸੀਗੇ ਮੇਰੀ। ਪਰ ਮੰਮੀ ਨੂੰ ਤਾਂ ਸਿਰਫ ਕੋਈ ਵੀ ਮਤਲਬ ਹੀ ਨਹੀਂ ਸੀਗਾ ਵੀ ਹਾਂ ਅਸੀਂ ਖੁਸ਼ ਵੀ ਹਾਂ ਜਾਂ ਨਹੀਂ ਵੀ ਹਾਂ, ਕੋਈ ਮਤਲਬ ਨਹੀਂ ਸੀਗਾ। ਬਸ ਇਹੀ ਟੈਨਸ਼ਨ ਰਹਿੰਦੀ ਸੀਗੀ। ਫਾਦਰ ਚਲੋ ਨਹੀਂ ਸੀਗੇ, ਮਦਰ ਤਾਂ ਹੁੰਦੇ ਨੇ ਨਾ, ਜਿਹਨੇ ਢਿੱਡ ਤੋਂ ਜਨਮ ਦਿੱਤਾ ਹੁੰਦਾ, ਕੁਛ ਕੁਛ ਤਾਂ ਕੇਅਰ ਕਰਨ, ਕੁਛ ਵੀ ਕੇਅਰ ਨਹੀਂ ਕਰਦੇ ਸੀਗੇ। ਅਸੀਂ 3 ਸਾਲ ਤੋਂ ਸਾਡੀ ਫਰੈਂਡਸ਼ਿਪ ਰਹੀ ਹੈਗੀ, ਅਸੀਂ ਫੇਸਬੁੱਕ ਤੋਂ ਫਰੈਂਡ ਬਣੇ ਸੀਗੇ। ਫਿਰ ਮੈਨੇ ਇਹਨਾਂ ਨੂੰ ਆਪਦੇ ਘਰ ਦੀ ਸਾਰੀ ਕੰਡੀਸ਼ਨ ਦੱਸੀ ਸੀਗੀ ਵੀ ਮੈਂ ਕੀ ਹਾਂ, ਕਿਵੇਂ ਹਾਂ, ਮੇਰਾ ਪਾਸਟ ਕੀ ਹੈ, ਸਭ ਕੁਛ ਦੱਸਿਆ ਸੀਗਾ। ਫਿਰ ਵੀ ਇਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀਗਾ ਤੇਰੇ ਨਾਲ ਹੀ ਮੈਰਿਜ ਹੋ। ਅੱਜ ਇਹ ਵੀ ਮੈਨੂੰ ਬਹੁਤ ਖੁਸ਼ ਰੱਖਦੇ ਨੇ, ਇਹਨਾਂ ਦੇ ਪਰਿਵਾਰ ਵਾਲੇ ਵੀ ਮੈਨੂੰ ਬਹੁਤ ਖੁਸ਼ ਰੱਖਦੇ ਨੇ, ਸਾਰਿਆਂ ਦਾ ਨੇਚਰ ਬਹੁਤ ਵਧੀਆ ਹੈਗਾ, ਮੈਂ ਬਹੁਤ ਖੁਸ਼ ਹਾਂ ਇਹਨਾਂ 'ਚ, ਉਹਨਾਂ ਨਾਲੋਂ ਮੈਂ ਇੱਥੇ ਜ਼ਿਆਦਾ ਖੁਸ਼ ਹਾਂ। ਮੇਰੇ ਫਾਦਰ ਦਾ 8 ਸਾਲ ਹੋ ਗਏ।
ਨਾਮ ਮੇਰਾ ਜੀ ਸਰਵੇਸ਼ ਆ। ਐਕਸੀਡੈਂਟਲੀ ਹੋ ਗਏ ਸੀਗੇ ਕਿਉਂਕਿ 3 ਸਾਲ ਰਿਲੇਸ਼ਨ ਹੋ ਗਏ ਸੀ ਸਾਡੇ ਨੂੰ, ਅਤੇ ਪਰਸੋਂ ਬਿਮਾਰ ਹੋ ਗਈ ਸੀਗੀ ਇਹ, ਯਾਨੀ ਕਿ ਕੰਮ ਤੋਂ ਘਰ ਜਾ ਰਹੀ ਸੀਗੀ ਸ਼ਾਮ ਨੂੰ 7-8 ਵਜੇ ਨੂੰ ਬਿਮਾਰ ਹੋ ਗਈ। ਰਾਸਤੇ ਦੇ ਵਿੱਚ ਸਾਹ ਦੀ ਪ੍ਰੋਬਲਮ ਆ ਕੁੜੀ ਨੂੰ, ਅਤੇ ਰਾਸਤੇ ਜਾਂਦੇ ਹੋਏ ਬਿਮਾਰ ਹੋ ਗਈ ਜਦੋਂ ਮੈਨੂੰ ਘਰ ਲੈ ਕੇ ਗਿਆ। ਠੀਕ ਆ, ਘਰ ਇਹਦੀ ਜ਼ਿਆਦਾ ਕੰਡੀਸ਼ਨ ਖਰਾਬ ਹੋ ਗਈ ਸੀਗੀ ਜਦੋਂ ਇਹਦੇ ਆਪਦੇ ਘਰ ਲੈ ਕੇ ਗਿਆ ਸੀਗਾ, ਅਤੇ ਨਾਲ ਹੀ ਦੇ ਨਾਲ ਫਿਰ ਮੈਨੂੰ ਆਪਣੇ ਸਿਵਲ ਹੋਸਪਿਟਲ 'ਚ ਲੈ ਗਿਆ ਸੀਗਾ। ਉੱਥੇ ਚਲੋ ਉਹਨਾਂ ਨੇ ਆਕਸੀਜਨ ਲਾਈ, ਠੀਕ ਹੋ ਗਈ, ਅਤੇ ਬਾਕੀ ਜਦੋਂ ਮੈਨੂੰ ਵਾਪਸ ਘਰੇ ਛੱਡਣ ਗਿਆ ਤਾਂ ਇਹਨਾਂ ਦੀ ਮੰਮੀ ਨੇ ਮਨਾ ਕਰਤਾ ਸੀਗਾ ਵੀ ਹਾਂ ਅਸੀਂ ਕੁੜੀ ਨਹੀਂ ਰੱਖਣੀ। ਠੀਕ ਆ, ਅਤੇ ਦੂਜੀ ਗੱਲ ਜਦੋਂ ਇਹਨਾਂ ਦੇ ਹੋਰ ਰਿਲੇਟਿਵ ਰਹਿੰਦੇ ਨੇਗੇ, ਨਾਨੀ ਰਹਿੰਦੇ ਨੇਗੇ ਇੱਥੇ, ਅਤੇ ਉਹਨਾਂ ਦੇ ਘਰੇ ਛੱਡਣ ਗਿਆ, ਉਹਨਾਂ ਨੇ ਵੀ ਮਨਾ ਹੀ ਕਰਤਾ ਸੀਗਾ ਵੀ ਕਹਿੰਦੇ ਅਸੀਂ ਨਹੀਂ ਰੱਖਣੀ ਹੈਗੀ। ਫਿਰ ਮੈਨੂੰ ਨਾਲੇ ਦੇ ਨਾਲ ਆਪਣੇ ਘਰੇ ਲੈ ਆਇਆ। ਠੀਕ ਹੈ ਜੀ, ਆਪਣੇ ਘਰੇ ਗੱਲਬਾਤ ਕੀਤੀ, ਮੈਂ ਘਰੇ ਆਪਣੇ ਘਰੇ ਸਭ ਨੂੰ ਦੱਸਤਾ ਸੀਗਾ ਵੀ ਹਾਂ ਮੈਂ ਵਿਆਹ ਕਰਾਉਣਾ ਸੀ। ਰਾਤ ਨੂੰ ਘਰ ਦੇ ਕਹਿੰਦੇ ਵੀ ਚਲੋ ਕੁੜੀ ਨੂੰ ਕਹਿੰਦੇ ਇੱਦਾਂ ਨਹੀਂ ਰੱਖਦੇ ਹੁੰਦੇ ਵੀ ਬਿਨਾਂ ਵਿਆਹ ਤੋਂ ਘਰੇ ਨਹੀਂ ਰੱਖਣੀ ਹੈ। ਅਸੀਂ ਥਾਣੇ ਗਏ, ਥਾਣੇ ਵਾਲੇ ਤੋਂ ਮਦਦ ਲਿੱਤੀ। ਠੀਕ ਹੈ ਜੀ, ਉਹਨਾਂ ਨੇ ਚਲੋ ਸਾਡੀ ਗੱਲਬਾਤ ਸੁਣੀ, ਅਤੇ ਉਹਨਾਂ ਨੇ ਰਾਤ 12-1 ਵਜ ਗਏ ਸੀਗੇ ਥਾਣੇ 'ਚ ਸਾਨੂੰ, ਅਤੇ ਉਹਨਾਂ ਨੇ ਕੁੜੀ ਆਪਣੇ ਘਰ ਭੇਜਤੀ, ਅਤੇ ਸਵੇਰ ਹੁੰਦੀ ਉਹਨਾਂ ਨੇ ਕਿਹਾ ਸੀ 10-11 ਵਜੇ ਨੂੰ ਆ ਜਾਇਓ। 10-11 ਵਜੇ ਨੂੰ ਅਸੀਂ ਥਾਣੇ ਗਏ, ਅਤੇ ਉਹਨਾਂ ਨੇ ਸਹਿਮਤੀ ਨਾਲ ਘਰਦਿਆਂ ਦੇ ਸਾਹਮਣੇ ਹੀ ਉੱਥੇ ਹੀ ਹਾਰ ਪਵਾ ਦਿੱਤੀ। ਕੁੜੀ ਨੂੰ ਪੁੱਛਿਆ ਵੀ ਹਾਂ ਤੂੰ ਇਹਦੇ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਹਾਂ, ਕੁੜੀ ਨੇ ਹਾਂ ਕਰਤੀ। ਮੇਰੇ ਤੋਂ ਪੁੱਛਿਆ ਵੀ ਤੂੰ ਵਿਆਹ ਕਰਾਉਣ ਨੂੰ ਰਾਜ਼ੀ ਹਾਂ, ਮੈਂ ਹਾਂ ਕਰਤੀ। ਉਹ ਤੋਂ ਬਾਅਦ ਥਾਣੇ ਤੋਂ ਬਾਅਦ ਸਾਡੇ ਲਾਵਾਂ ਹੋਈਆਂ, ਆਨੰਦ ਕਾਰਜ ਹੋਏ, ਅਤੇ ਬਸ ਹੁਣ ਦੋਵੇਂ ਅਸੀਂ ਖੁਸ਼ ਹਾਂ ਜੀ ਬਹੁਤ। ਹਾਂਜੀ, ਡਿਫਰੈਂਟ ਹੁੰਦਾ ਜੀ, ਕਈ ਬਣਾਉਂਦੇ ਨੇਗੇ, ਹੁਣ ਸਾਡਾ ਤਾਂ ਆਪਣੇ ਆਪ ਹੀ ਬਣ ਚੁੱਕਿਆ ਹੈਗਾ। ਠੀਕ ਹੈ, ਹੁਣ ਸਾਨੂੰ ਨਹੀਂ ਪਤਾ ਸੀਗਾ ਵੀ ਹਾਂ ਥਾਣੇ 'ਚ ਹੀ ਵਿਆਹ ਹੋਊਗਾ, ਕਿਉਂਕਿ ਲੋਕ ਪੈਲਸਾਂ 'ਚ ਕਰਵਾਉਂਦੇ ਆ ਜਾਂ ਜਿੱਥੇ ਮਰਜ਼ੀ ਹੋਰ ਕਰਵਾਉਂਦੇ ਆ, ਅਤੇ ਡਿਫਰੈਂਟ ਜੀ, ਚਲੋ ਡਿਫਰੈਂਟ ਚੀਜ਼ ਆ, ਖੁਸ਼ੀ ਵੀ ਆ ਵੀ ਹਾਂ ਇੱਕ ਡਿਫਰੈਂਟ ਜਿਹਾ ਵਿਆਹ ਹੋਇਆ ਗਾ, ਯਾਦਗਾਰੀ ਰਹਿਣੀ ਹੈ, ਕਿਉਂਕਿ ਨੋਰਮਲ ਵਿਆਹ ਤਾਂ ਸਭ ਦੇ ਹੀ ਹੁੰਦੇ ਨੇ, ਇੱਕ ਡਿਫਰੈਂਟ ਜਿਹਾ ਹੋਇਆ ਗਾ। ਇਹ ਗੱਲ ਦੀ ਚਲੋ ਖੁਸ਼ੀ ਵੀ ਆ, ਪਰ ਥਾਣੇ ਵਾਲਾ ਥੋੜ੍ਹਾ ਜਿਹਾ ਤਾਂ ਕਰਕੇ ਨਹੀਂ, ਉਮੀਦ ਤਾਂ ਕੋਈ ਨਹੀਂ ਸੀ ਵੀ ਹਾਂ ਥਾਣੇ 'ਚ ਜਾ ਕੇ ਵਿਆਹ, ਇੰਨਾ ਕਿਹਾ ਸੀਗਾ ਵੀ ਹਾਂ ਪੁਲਿਸ ਵਾਲਿਆਂ ਦਾ ਵੀ ਚਲੋ ਇੱਕ ਸਹਿਮਤੀ ਹੋ ਜਾਂਦੀ ਹੁੰਦੀ ਹੈ ਵੀ ਹਾਂ ਰਾਜ਼ੀਨਾਮਾ ਜਿਹਾ ਹੋ ਜਾਂਦਾ ਵੀ ਕੁੜੀ ਆਪਣੇ ਘਰ ਜਾ ਸਕਦੀ ਜਾਂ ਮੁੰਡਾ ਆਪਣੇ ਘਰ ਜਾ ਸਕਦਾ ਹੈਗਾ, ਬਾਕੀ ਉਹ ਤਾਂ ਕੁੜੀ 'ਤੇ ਡਿਪੈਂਡ ਹੁੰਦਾ ਮੇਨ। ਚਲੋ ਮੈਂ ਧੰਨਵਾਦ ਕਰਦਾ ਜੀ ਪੁਲਿਸ ਵਾਲਿਆਂ ਦਾ ਵੀ ਹਾਂ ਉੱਥੇ ਰਿਸ਼ਤਾ ਬਣਿਆ ਗਾ। ਪਹਿਲੀ ਵਾਰੀ ਹੋਇਆ, ਮੈਂ ਮੇਰੇ ਹਿਸਾਬ ਨਾਲ ਮੈਂ ਪਹਿਲੀ ਵਾਰੀ ਦੇਖਿਆ ਹੋਣਾ ਆਪਣੇ ਅੱਖੀ, ਅਤੇ ਵੀ ਹਾਂ ਪਹਿਲੀ ਵਾਰੀ ਰਿਸ਼ਤਾ ਬਣਿਆ। ਨਹੀਂ ਤਾਂ ਉੱਥੇ ਜ਼ਿਆਦਾਤਰ ਜਿੰਨੇ ਵੀ ਕੇਸ ਜਾਂਦੇ ਨੇ ਲੜਾਈ ਝਗੜਿਆਂ ਦੇ ਜਾਂਦੇ ਨੇ, ਠੀਕ ਆ, ਜਾਂ ਜਿਵੇਂ ਮਰਜ਼ੀ ਘਰਾਂ ਦੇ ਵਿੱਚ ਕਲੇਸ਼ ਹੁੰਦਾ ਗਾ ਤਾਂ ਜਾਂਦੇ ਨੇ, ਉਹ ਤੋਂ ਬਾਅਦ ਉੱਥੇ ਰਿਸ਼ਤੇ ਖਤਮ ਹੀ ਹੁੰਦੇ ਨੇ। ਪਹਿਲਾ ਰਿਸ਼ਤਾ ਹੋਣਾ ਜਿਹੜਾ ਸਾਡਾ ਬਣਿਆ ਹੋਣਾ ਮੇਰੇ ਹਿਸਾਬ ਨਾਲ, ਤਾਂ ਬਾਕੀ ਹੋਏ ਹੋਣੇ, ਬਾਕੀ ਉਹਦੇ ਬਾਰੇ ਪਤਾ ਨਹੀਂ। ਇਹ ਪਰਸੋਂ ਸਾਡੇ ਕੋਲ ਜੀ ਸ਼ਾਮ ਨੂੰ ਕੰਪਲੇਂਟ ਆਈ ਸੀ ਜੀ ਲੜਕੀ ਦੀ, ਜੋਤੀ ਸ਼ਰਮਾ ਦੀ, ਇਹ ਅੰਬੇਦਕਰ ਚੌਂਕ ਮੁਹੱਲੇ ਦੀ ਰਹਿਣ ਵਾਲੀ ਹੈ। ਇਹਨੇ ਕਿਹਾ ਸੀ ਵੀ ਮੈਨੂੰ ਕੋਈ ਪ੍ਰੋਬਲਮ ਸੀ ਸਿਹਤ ਦੀ, ਵੀ ਮੇਰਾ ਫਰੈਂਡ ਮੈਨੂੰ ਦਵਾਈ ਲਗਾਉਣ ਹੋਸਪਿਟਲ ਲੈ ਗਿਆ, ਉਸ ਤੋਂ ਬਾਅਦ ਉਹ ਘਰ ਛੱਡਣ ਗਿਆ ਤਾਂ ਮੈਨੂੰ ਮੇਰੇ ਮਾਦਰ ਨੇ ਮੈਨੂੰ ਘਰ 'ਚ ਐਂਟਰ ਨਹੀਂ ਹੋਣ ਦਿੱਤਾ, ਅਤੇ ਜਿਹੜਾ ਸੈਕਿੰਡ ਫਾਦਰ ਹੈ ਜੇ ਸਟੈਪ ਫਾਦਰ ਹੈ। ਉਸ ਤੋਂ ਬਾਅਦ ਅਸੀਂ ਇਹਨੂੰ ਸਮਝਾ ਵਜਾ ਕੇ ਉਹਨਾਂ ਦੇ ਘਰ ਤੋਰਤਾ, ਅਤੇ ਸਵੇਰੇ ਇਹ ਕੱਲ੍ਹ ਬੁਲਾਏ ਸੀ। ਬੁਲਾਉਣ 'ਤੇ ਇੱਥੇ ਇਹਨਾਂ ਨੇ ਗੱਲ ਦੱਸੀ ਵੀ ਜੇ ਕੁੜੀ ਦੀ ਸਾਡੀ ਦੀ ਹੈਗੀ ਆ ਗੱਲਬਾਤ ਹੈ ਤਾਂ ਇਹ ਸਾਡੇ ਵੱਲੋਂ ਇਹ ਆਪਣੀ ਮੈਰਿਜ ਕਰਵਾ ਲਿਓ ਉਹਦੇ ਨਾਲ। ਉਸ ਤੋਂ ਬਾਅਦ ਅਸੀਂ ਉਹ ਲੜਕੇ ਵਾਲਿਆਂ ਨੂੰ ਬੁਲਾਇਆ, ਲੜਕੇ ਵਾਲੇ ਕਹਿੰਦੇ ਜੀ ਠੀਕ ਹੈ ਜੀ ਅਸੀਂ ਮੈਰਿਜ ਕਰਨ ਨੂੰ ਤਿਆਰ ਹਾਂ, ਅਸੀਂ ਹੁਣੇ ਹੀ ਇੱਥੋਂ ਹਾਰ ਪਾ ਕੇ ਘਰ ਨੂੰ ਲੈ ਜਾਂਦੇ ਹਾਂ। ਉਸ ਤੋਂ ਬਾਅਦ ਇੱਥੇ ਹੀ ਅਸੀਂ ਇਹਨਾਂ ਦੇ ਮੰਗਾ ਕੇ ਹਾਰ ਪਵਾ, ਅਤੇ ਹਾਰ ਪਵਾਉਣ ਤੋਂ ਬਾਅਦ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਜਾ ਕੇ ਇਹਨਾਂ ਨੇ ਆਨੰਦ ਕਾਰਜ ਲੈ ਕੇ ਚਲੇ ਗਏ। ਹਾਂ, ਖੁਸ਼ੀ ਖੁਸ਼ੀ ਅੱਜ ਸਾਨੂੰ ਸਵੇਰੇ ਇਹ ਮੇਰੇ ਕੋਲ ਆ ਕੇ ਗਏ ਨੇ, ਉਹ ਕਹਿੰਦੇ ਜੀ ਅਸੀਂ ਬਿਲਕੁਲ ਬਹੁਤ ਖੁਸ਼ ਹਾਂ ਜੀ, ਬਹੁਤ ਵਧੀਆ ਕੀਤਾ ਜੀ ਤੁਸੀਂ ਨੇ, ਸਾਡੀ ਬਿਨਾਂ ਕਿਸੇ ਦਾਜ ਦੇ ਤੋਂ ਬਿਨਾਂ ਕਿਸੇ ਖਰਚੇ ਤੋਂ ਸਾਡੀ ਮੈਰਿਜ ਹੋ ਗਈ ਹੈ। ਪਹਿਲਾਂ ਹਾਂਜੀ ਪਹਿਲਾਂ ਸਾਡਾ ਪਟਿਆਲੇ ਹੋਇਆ, ਪਹਿਲਾਂ ਅਸੀਂ ਪਟਿਆਲੇ ਹੀ ਕਰਵਾਏ। ਹਾਂਜੀ ਹਾਂਜੀ ਇਸੇ ਤਰ੍ਹਾਂ ਸੇਮ ਹੀ ਸਰਕਮਸਟਾਂਸ ਦੇ ਵਿੱਚ ਪਹਿਲਾਂ ਵੀ ਹੋਏ, ਪਹਿਲਾ ਕੇਸ ਹੈ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ
वशीकरण करना, मुठ्ठीकरण करना या तड़वाना, विदेश यात्रा विच रुकावट, पीआर विच रुकावट, लव मैरिज प्यार च रुकावट। जेकर तुहाडा पति पत्नी धी भैण भरा किसी के वश च हन, उस तो छुटकारा मैं दिलावांगी। लाटरी चाहे कोई भी होवे, 649 लोटो मैक्स या मैगा मिलियन गरंटिड निकलेगी। फोन मिलाउंदे ही तुहाडी जिंदगी सवर जावेगी। सारियां समस्यावां दा हल 1125 रुपए च गरंटी नाल कराओ। करो संपर्क बीबी राजविंदर 81 466 77009।